ਲੋਕਾਂ ਨਾਲ ਵੀ ਗੱਲਬਾਤ ਕੀਤੀ, ਲੋਕ ਵੀ ਬਹੁਤ ਖੁਸ਼ ਨੇ ਕਿ ਗਰਮੀ ਪੈਣ ਤੋਂ ਪਹਿਲਾਂ ਪਹਿਲਾਂ ਸਾਡੇ ਜਿਹੜੇ ਕੰਮ ਨੇ ਸਰਕਾਰੀ ਦਫ਼ਤਰਾਂ 'ਚ, ਕੋਈ ਅਰਜ਼ੀ ਦੇਣੀ ਹੈ, ਕੋਈ ਪ੍ਰਮਾਣ ਪੱਤਰ ਲੈਣਾ, ਕੋਈ ਵੀ ਸਰਕਾਰੀ ਦਫ਼ਤਰ 'ਚ ਕੰਮ ਹੈ, ਅਸੀਂ ਗਰਮੀ ਪੈਣ ਤੋਂ ਪਹਿਲਾਂ ਪਹਿਲਾਂ ਉਹ ਕੰਮ ਕਰਕੇ ਆਪਣੇ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਕੰਮਾਂ 'ਤੇ ਆ ਸਕਦੇ ਹਾਂ, ਸਾਡੀ ਦਿਹਾੜੀ ਨਹੀਂ ਫੁੱਟਣੀ, ਸੋ ਸਾਡਾ ਦਿਨ ਖਰਾਬ ਨਹੀਂ ਹੋਣਾ। ਅਤੇ ਜਿਹੜੇ ਮੁਲਾਜ਼ਮ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ, ਉਹ ਵੀ ਇਸ ਗੱਲ 'ਤੇ ਖੁਸ਼ ਨੇ ਕਿ ਅਸੀਂ ਸਵੇਰੇ ਸਵੇਰੇ ਆਪਣੇ ਦਫ਼ਤਰ ਜਾਵਾਂਗੇ ਅਤੇ ਜਦੋਂ ਤੱਕ ਗਰਮੀ ਸ਼ੁਰੂਆਤ ਹੋਊਗੀ ਜਾਂ ਗਰਮੀ ਦੀ ਪੀਕ ਲੋਡ ਹੋਊਗਾ ਉਦੋਂ ਤੱਕ ਅਸੀਂ ਆਪਣੇ ਘਰ ਆ ਜਾਵਾਂਗੇ। ਬੱਚੇ ਵੀ ਸਾਡੇ ਜਿਹੜੇ 2 ਵਜੇ ਤੋਂ ਬਾਅਦ ਸਕੂਲੋਂ ਘਰ ਆ ਜਾਂਦੇ ਨੇ, ਸੋ ਉਹਨਾਂ ਲਈ ਵੀ ਬੱਚਿਆਂ ਨਾਲ ਜ਼ਿਆਦਾ ਟਾਈਮ ਸਪੈਂਡ ਕਰਨ ਦਾ ਮੌਕਾ ਮਿਲੇਗਾ। ਅਤੇ ਬਿਜਲੀ ਬੋਰਡ ਨੇ, PSPCL ਨੇ ਸਾਨੂੰ ਦੱਸਿਆ ਕਿ ਸਾਡਾ ਜਿਹੜਾ ਪੀਕ ਲੋਡ ਹੈ ਉਹ 1:30 ਵਜੇ ਤੋਂ ਬਾਅਦ ਸ਼ੁਰੂ ਹੁੰਦਾ, ਦੁਪਹਿਰੇ 5 ਵਜੇ ਤੱਕ, ਤਾਂ ਉਹਦੇ ਵਿੱਚ ਵੀ ਕਿਉਂਕਿ ਸਰਕਾਰੀ ਦਫ਼ਤਰ ਜੇ 2 ਵਜੇ ਬੰਦ ਹੁੰਦੇ ਨੇ ਤਾਂ ਸਾਰੇ ਪੱਖੇ, ਸਾਰੇ ਬੱਲਬ, ਕੂਲਰ, AC ਜਿੰਨੇ ਵੀ ਨੇ ਉਹ ਵੀ ਬੰਦ ਹੋ ਜਾਣਗੇ, ਤਾਂ ਪੀਕ ਲੋਡ ਜਿਹੜਾ ਉਹ ਵੀ 300 MW ਤੋਂ 350 MW ਤੱਕ ਉਹ ਘੱਟ ਹੋ ਜੂਗਾ। ਅਤੇ ਇਹ ਜਿਹੜਾ ਤਰੀਕਾ ਹੈ ਇਹ ਵਿਦੇਸ਼ਾਂ ਦੇ ਵਿੱਚ ਅਪਣਾਇਆ ਜਾਂਦਾ ਕਿ ਤੁਸੀਂ ਦੇਖਦੇ ਹੋਵੋਗੇ ਜਾਂ ਤੁਹਾਡੇ ਦੋਸਤ ਮਿੱਤਰ ਤੁਹਾਨੂੰ ਦੱਸਦੇ ਹੋਣਗੇ, ਕੈਨੇਡਾ ਅਮਰੀਕਾ ਵਾਲੇ ਸਨਲਾਈਟ ਨੂੰ, ਸੂਰਜ ਦੀ ਰੋਸ਼ਨੀ ਨੂੰ ਜ਼ਿਆਦਾ ਇਸਤੇਮਾਲ ਕਰਨ ਵਾਸਤੇ 6-6 ਮਹੀਨਿਆਂ ਬਾਅਦ ਆਪਣਾ ਘੜੀਆਂ ਦਾ ਟਾਈਮ ਬਦਲ ਲੈਂਦੇ ਆ, 1 ਘੰਟਾ ਘੜੀ ਪਿੱਛੇ ਕਰ ਲੈਂਦੇ ਆ ਤਾਂ ਕਿ ਸੂਰਜ ਦਾ ਜਿਹੜੀ ਰੋਸ਼ਨੀ ਉਹਦਾ ਇਸਤੇਮਾਲ ਜ਼ਿਆਦਾ ਕੀਤਾ ਜਾ ਸਕੇ। ਸੂਰਜ ਪਹਿਲਾਂ ਆ ਜਾਂਦਾ, ਫਿਰ 1 ਘੰਟਾ ਅੱਗੇ ਕਰ ਲੈਂਦੇ ਆ ਜਦੋਂ ਸਰਦੀਆਂ ਆ ਜਾਂਦੀਆਂ। ਸੋ ਇੰਡੀਆ ਦੇ ਵਿੱਚ ਇਹ ਪਹਿਲੀ ਵਾਰ ਅਸੀਂ ਤਜਰਬਾ ਕਰ ਰਹੇ ਹਾਂ ਪੰਜਾਬ 'ਚ, ਮੈਨੂੰ ਉਮੀਦ ਹੈ ਸਾਰੇ ਜਣੇ ਇਹਦੇ ਨਾਲ ਖੁਸ਼ ਹੋਣਗੇ। ਇੱਕ ਨਵਾਂ ਆਈਡੀਆ, ਇਹਦੇ ਨਾਲ ਬਿਜਲੀ ਦੀ ਬੱਚਤ ਹੋ ਰਹੀ ਹੈ, ਬਹੁਤ ਸਾਰੀਆਂ ਹੋਰ ਨਾਲ ਲੱਗਦੀਆਂ, ਕਿਉਂਕਿ ਸਰਕਾਰੀ ਮੁਲਾਜ਼ਮ ਨੇ 2 ਵਜੇ ਤੋਂ ਬਾਅਦ ਫਿਰ ਉਹਨਾਂ ਲਈ ਜੇ ਕਿਤੇ ਉਹਨਾਂ ਨੇ ਜਾਣਾ ਹੈ ਕਿਸੇ ਪਰਿਵਾਰਕ ਫੰਕਸ਼ਨਾਂ 'ਤੇ ਤਾਂ ਉਹ ਉਹਨਾਂ ਲਈ 2 ਵਜੇ ਤੋਂ ਬਾਅਦ ਉਹ ਜਿਹੜੇ ਨੇ ਉਹ ਵਿਹਲੇ ਨੇ, ਨਹੀਂ ਤਾਂ ਪਹਿਲਾਂ ਵਾਲਾ ਟਾਈਮ ਜਿਹੜਾ 9 ਤੋਂ 5 ਵਾਲਾ ਉਹਦੇ ਵਿੱਚ ਬਹੁਤੇ ਅਫਸਰ ਜਿਹੜੇ ਨੇ ਉਹ ਸਟੱਕ ਹੋ ਜਾਂਦੇ ਸੀ ਜਾਂ ਜੇ ਉਹਨਾਂ ਨੇ ਕਿਤੇ ਫੰਕਸ਼ਨ 'ਤੇ ਜਾਣਾ ਉਹਨੂੰ ਛੁੱਟੀ ਲੈਣੀ ਪੈਂਦੀ ਸੀ ਮੁਲਾਜ਼ਮਾਂ ਨੂੰ। ਸੋ ਹੁਣ 2 ਮਈ ਤੋਂ ਸਵੇਰੇ 7:30 ਵਜੇ ਸਰਕਾਰ ਦੇ, ਪੰਜਾਬ ਸਰਕਾਰ ਦੇ ਸਾਰੇ ਦਫ਼ਤਰ ਖੁੱਲ੍ਹਣਗੇ 2 ਵਜੇ ਤੱਕ ਲਗਾਤਾਰ, 7:30 ਤੋਂ 2 ਵਜੇ ਤੱਕ ਦੁਪਹਿਰੇ ਸਰਕਾਰ ਦੇ ਦਫ਼ਤਰ, ਪੰਜਾਬ ਸਰਕਾਰ ਦੇ ਦਫ਼ਤਰ ਖੁੱਲ੍ਹਣਗੇ। ਮੈਂ ਵੀ ਆਪਣੇ ਦਫ਼ਤਰ 7:30 ਵਜੇ ਪਹੁੰਚੂੰਗਾ ਅਤੇ ਮੈਨੂੰ ਉਮੀਦ ਹੈ ਕਿ ਇਸ ਫੈਸਲੇ ਨਾਲ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਫਾਇਦੇਮੰਦ ਰਹਿਣਗੇ ਅਤੇ ਉਹਨਾਂ ਨੂੰ ਫਾਇਦਾ ਹੋਊਗਾ, ਅਤੇ ਨਾਲ ਨਾਲ ਇਸ ਤਜਰਬੇ ਤੋਂ ਹੋ ਸਕਦਾ ਹੈ ਅਗਲੇ ਦਿਨਾਂ 'ਚ ਅਸੀਂ ਹੋਰ ਵੀ ਜ਼ਿਆਦਾ ਫਾਇਦਾ ਉਠਾਈਏ। ਬਹੁਤ ਬਹੁਤ ਧੰਨਵਾਦ।